ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਕੈਨੇਡਾ ਦੀ ਸਟੱਡੀ ਵੀਜ਼ਾ ਦੀ ਫਾਈਲਿੰਗ 'ਤੇ ਗੱਲ ਕਰਾਂਗੇ। ਕੀ ਪ੍ਰੋਸੈਸ ਹੁੰਦੇ ਨੇ ਕੈਨੇਡਾ ਸਟੱਡੀ ਵੀਜ਼ਾ ਲਗਾਉਣ ਦੇ, ਅਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਤੁਹਾਨੂੰ ਇਹ ਪ੍ਰੋਸੈਸ ਦੇ ਵਿੱਚ ਧਿਆਨ ਰੱਖਣਾ ਚਾਹੀਦਾ। ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਦੇ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਨੇਹਾ ਜੀ, ਹਾਲਾਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਪਤਾ ਹੋਣਾ, ਬਟ ਫਿਰ ਵੀ ਇੱਕ ਬਹੁਤ ਵੱਡੀ ਗਿਣਤੀ ਹੈ ਜਿਹੜੇ ਲੇਟੈਸਟ ਪਾਸ ਆਊਟਸ ਨੇ ਪਲੱਸ ਟੂ ਤੋਂ ਬਾਅਦ, ਜਿਹਨਾਂ ਨੂੰ ਨਹੀਂ ਪਤਾ ਪੂਰੇ ਪ੍ਰੋਸੈਸ ਬਾਰੇ, ਕੈਨੇਡਾ ਦੇ ਪ੍ਰੋਸੈਸ ਦੇ ਮੇਨ ਜਿਹੜੇ ਸਟੈਪਸ ਨੇ ਉਹ ਕੀ ਹੁੰਦੇ? ਸਰ ਦੇਖੋ, ਕੈਨੇਡਾ ਦੇ ਵਿੱਚ ਸਭ ਤੋਂ ਪਹਿਲੇ ਤੁਹਾਡੀ ਜਿਹੜੀ ਹੈਗੀ ਹੈ, ਤੁਸੀਂ ਆਫਰ ਲੈਟਰ ਅਪਲਾਈ ਕਰਦੇ ਹੋ, ਠੀਕ ਹੈ। ਆਫਰ ਲੈਟਰ ਲਈ ਤੁਸੀਂ ਆਪਣੇ ਸਾਰੇ ਅਕੈਡੈਮਿਕਸ ਦਿੰਦੇ ਹੋ। ਜਦੋਂ ਤੁਹਾਡੀ ਆਫਰ ਲੈਟਰ ਆ ਜਾਂਦੀ ਹੈ, ਤਾਂ ਨੈਕਸਟ ਤੁਹਾਡਾ ਸਟੈਪ ਬਣਦਾ ਹੈ, ਤੁਹਾਨੂੰ ਆਪਣੀ ਫੀਸ ਕਰਵਾਉਣੀ ਪੈਂਦੀ ਆ, ਤੁਸੀਂ ਆਪਣਾ ਮੈਡੀਕਲ ਕਰਵਾਉਂਦੇ ਹੋ ਔਰ ਆਪਣੀ ਜੀ ਆਈ ਸੀ ਕਰਵਾਉਂਦੇ ਹੋ। ਸੋ ਜਦੋਂ ਇਹ ਤੁਹਾਡੀਆਂ ਤਿੰਨੋਂ ਚੀਜ਼ਾਂ ਕੰਪਲੀਟ ਹੋ ਜਾਂਦੀਆਂ, ਤਾਂ ਤੁਸੀਂ ਇੱਕ ਫਾਈਲ ਲਾਂਚ ਕਰਨ ਲਈ ਰੈਡੀ ਹੋ ਜਾਂਦੇ ਹੋ। ਸੋ ਜਦੋਂ ਆਪਾਂ ਫਾਈਲ ਲਾਂਚ ਕਰਨੀ ਆ, ਤਾਂ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਸਭ ਤੋਂ ਪਹਿਲੇ ਕਿ ਤੁਹਾਡੇ ਸਾਰੇ ਅਕੈਡੈਮਿਕਸ ਹੈਗੇ ਆ, ਉਹਨੂੰ ਤੁਸੀਂ ਲਾਂਚ ਕਰੋ। ਹਾਂ, ਬਟ ਇੱਕ ਚੀਜ਼ ਮੈਂ ਕਹਿਣਾ ਚਾਹੂੰਗੀ ਕਿ ਕੈਨੇਡਾ ਦੇ ਵਿੱਚ ਕੀ ਹੈਗਾ ਵਾ, ਇਫ ਤੁਸੀਂ ਗ੍ਰੈਜੂਏਟਲੀ ਜਾ ਰਹੇ ਹੋ, ਤਾਂ ਤੁਸੀਂ ਪਲੱਸ ਟੂ ਲਾਸਟ ਐਜੂਕੇਸ਼ਨ ਦੇਖੀ ਜਾਊਗੀ। ਅਗਰ ਤੁਹਾਡੇ 10th ਦੇ ਵਿੱਚ ਮਾਰਕਸ ਘੱਟ ਆ, ਤਾਂ ਤੁਸੀਂ ਉਹਨੂੰ ਹਾਈਡ ਕਰ ਸਕਦੇ ਹੋ। ਆਫਟਰ ਦੈਟ ਤੁਹਾਡਾ ਜਿਹੜਾ ਆਇਲਸ ਦਾ ਸਕੋਰ ਹੈਗਾ ਵਾ, ਠੀਕ ਹੈ, ਇੰਗਲਿਸ਼ ਦੀ ਜਿਹੜੀ ਵੀ ਤੁਹਾਡੇ ਕੋਲ ਹੈਗਾ PT ਆਇਲਸ, ਉਹ ਤੁਹਾਡਾ ਚੱਲੇਗਾ। ਐਂਡ ਫਿਰ ਉਹ ਤੋਂ ਬਾਅਦ ਤੁਹਾਡੀ SOP ਬਹੁਤ ਇੰਪੋਰਟੈਂਟ ਹੈਗੀ ਆ। ਸਭ ਤੋਂ ਜ਼ਿਆਦਾ ਤੁਹਾਨੂੰ ਆਪਣੇ SOP 'ਤੇ ਫੋਕਸ ਕਰਨਾ ਪੈਣਾ, ਕਿਉਂਕਿ ਆਫਿਸਰ ਨੇ ਉਹਦਾ ਤੁਹਾਡਾ SOP ਬੇਸ ਹੈਗਾ ਵੀਜ਼ੇ ਦਾ। ਐਂਡ ਤੁਹਾਡੀ GIC ਲੱਗੇਗੀ। ਐਂਡ ਉਹ ਤੋਂ ਬਾਅਦ ਫੰਡਸ, ਚਾਹੇ ਤੁਸੀਂ ਨੋਨ SDS ਹੋ, ਚਾਹੇ ਤੁਸੀਂ SDS ਹੋ, ਆਪਣੇ ਫਾਈਨਾਂਸ ਦੇ ਡਾਕੂਮੈਂਟਸ, ਆਪਣੇ ਬੈਂਕ ਸਟੇਟ, ਆਪਣੇ ਫੰਡ ਜ਼ਰੂਰ ਲਗਾਓ, ਆਪਣੀਆਂ ਇਨਕਮ ਟੈਕਸ ਰਿਟਰਨ, CA ਰਿਪੋਰਟ, ਇਹ ਸਾਰੇ ਡਾਕੂਮੈਂਟਸ ਲਗਾਓ। ਫਿਰ ਤੁਹਾਡੀ ਫਾਈਲ ਸਬਮਿਟ ਹੋ ਜਾਂਦੀ ਹੈ, ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਆਉਂਦਾ ਹੈ, ਬਾਇਓਮੈਟ੍ਰਿਕਸ ਹੁੰਦੇ ਆ, ਆਫਟਰ ਦੈਟ ਤੁਹਾਡਾ PPR ਆਉਂਦਾ, ਦੈਨ ਯੂ ਹੈਵ ਟੂ, ਤੁਹਾਨੂੰ ਆਪਣਾ ਪਾਸਪੋਰਟ ਸਬਮਿਟ ਕਰਨਾ ਪੈਂਦਾ, ਤਾਂ ਵੀਜ਼ਾ ਸਟੈਂਪ ਹੁੰਦਾ। ਸੋ ਇਹ ਸਾਰਾ ਇੱਕ ਲੌਂਗ ਪ੍ਰੋਸੈਸ ਹੈਗਾ ਵਾ, ਸਟੈਪ ਬਾਏ ਸਟੈਪ ਕਰੋ, ਤਾਂ ਇਸ ਅਗਰ ਕਿਸੇ ਨੂੰ ਡਾਊਟ ਹੈਗਾ, ਤਾਂ ਸਾਡੀ ਟੀਮ ਦੇ ਨਾਲ ਲਿੰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।